ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਮੁਹਿੰਮ ਤਹਿਤ ਬਰਨਾਲਾ ਵਿੱਚ ਵਿਜੀਲੈਂਸ ਦੀ ਟੀਮ ਨੇ ਕਾਰਵਾਈ ਕਰਦਿਆਂ ਇੱਕ ਪ੍ਰਾਈਵੇਟ ਵਿਅਕਤੀ ਨੂੰ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ। ਕਸਬਾ ਭਦੌੜ ਨਿਵਾਸੀ ਵਿਅਕਤੀ ਨੂੰ ਬਰਨਾਲਾ ਅਦਾਲਤ ਤੋਂ ਰੰਗੇ ਹੱਥੀ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸੰਬੰਧੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬਾਅਦ ਵਿੱਚ ਸ਼ਿਕਾਇਤ ਵਾਪਸ ਲੈਣ ਬਦਲੇ ਰਿਸ਼ਵਤ ਦੀ ਮੰਗ ਕੀਤੀ, ਜਿਸ ਤੋਂ ਬਾਅਦ ਵਿਜੀਲੈਂਸ ਨੇ ਟਰੈਪ ਲਗਾ ਕੇ ਮੁਲਜ਼ਮ ਨੂੰ ਰੰਗੇ ਹੱਥੀ ਕਾਬੂ ਕਰ ਲਿਆ, ਜਦੋਂ ਕਿ ਉਸ ਦਾ ਇੱਕ ਸਾਥੀ ਅਜੇ ਵੀ ਫਰਾਰ ਹੈ। ਵਿਜੀਲੈਂਸ ਨੇ ਦੋਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉੱਥੇ ਹੀ ਮੁਲਜ਼ਮ ਨੇ ਮੀਡੀਆ ਸਾਹਮਣੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਅਤੇ ਹੰਗਾਮਾ ਵੀ ਕੀਤਾ। ਜੀ, ਮਹਿੰਦਰ ਸਿੰਘ ਇੱਕ ਪਿਆਦਾ ਹੈ ਲੜਕਾ, ਉਹਦੇ ਖਿਲਾਫ ਪ੍ਰਵੀਨ ਕੁਮਾਰ ਨਾਂ ਦੇ ਵਿਅਕਤੀ ਨੇ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਸ਼ਿਕਾਇਤ ਕੀਤੀ ਸੀ ਵੀ ਮੈਥੋਂ ਜੀ ਇਹ ਸੰਮਣ ਤਮੀਲ ਕਰਾਉਣ ਦੇ ਬਦਲੇ 2000 ਰੁਪਏ ਮੰਗਦਾ ਹੈ। ਇਸ ਬੰਦੇ ਨੇ ਸ਼ਿਕਾਇਤ ਕਰਨ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਜੀ ਵੀ ਮੈਂ ਤੇਰੇ ਹੱਕ 'ਚ ਬਿਆਨ ਦੇ ਦੂੰ ਔਰ ਤੁਹਾਨੂੰ ਬਰੀ ਕਰਾ ਦੂੰਗਾ, ਤੂੰ ਮੈਨੂੰ 2.5 ਲੱਖ ਰੁਪਏ ਦੇ ਜੀ। ਉਹਦੇ ਵਿੱਚ ਅੱਜ ਇਹ ਬੰਦਾ ਸਾਡੇ ਕੋਲ ਆ ਕੇ ਇਹਨੇ ਸਾਨੂੰ ਦਰਖਾਸਤ ਦਿੱਤੀ, ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਜੀ। ਉਹਦੇ ਸੰਬੰਧ 'ਚ ਇਹ ਚੈਂਬਰ ਨੰਬਰ 39 ਬਰਨਾਲਾ ਕੋਰਟ ਦੇ ਅੰਦਰੋਂ ਹੀ ਅਸੀਂ ਇਹਨੂੰ ਰੈੱਡ ਹੈਂਡਡ 1.5 ਲੱਖ ਰੁਪਏ ਲੈਂਦੇ ਨੂੰ ਅਰੈਸਟ ਕੀਤਾ ਜੀ। ਇਹਦੇ ਵਿੱਚ 2 ਵਿਅਕਤੀ ਨੇ ਜੀ, ਇੱਕ ਗੱਜੂ ਰਾਮ ਹੈ ਵਾਸੀ ਭੱਦਲਵੜ ਤੋਂ ਹੈ ਅਤੇ ਇੱਕ ਪ੍ਰਵੀਨ ਕੁਮਾਰ ਵਾਸੀ ਭਦੌੜ ਤੋਂ ਹੈ ਜੀ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 29 ਜੀ। ਅੱਜ ਅਸੀਂ ਮਤਲਬ 7 PC ਪਲੱਸ 308 FN2 BNS ਕੇਸ ਰਜਿਸਟਰ ਕਰਕੇ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਥਾਣੇ ਦੇ ਵਿੱਚ ਅਗਲੀ ਤਫਤੀਸ ਅਸੀਂ ਕਰ ਰਹੇ ਹਾਂ ਜੀ। ਜਿੱਥੇ ਸਰਕਾਰੀ ਮੁਲਾਜ਼ਮ ਇਸ ਤਰ੍ਹਾਂ ਦਾ ਤੰਗ ਮਤਲਬ ਕਿ ਪੈਸੇ ਮੰਗ ਕਰਦੇ ਆ, ਉਸੇ ਪ੍ਰਾਈਵੇਟ ਬੰਦਾ ਇਹ ਫੜਿਆ, ਇਹਦੀ ਕਿਸ ਤਰ੍ਹਾਂ ਦੀ ਇਹਦੀ ਕਾਰਵਾਈ ਹੈ ਅਤੇ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਪਹਿਲਾਂ ਦੇ ਇਹਦੇ ਰਿਕਾਰਡ ਹੈ ਜੀ ਪਿਛਲੇ? ਇਹਦਾ ਬੈਡ ਰਿਕਾਰਡ ਹੀ ਹੈ ਜੀ ਇਹ ਬੰਦੇ ਦਾ। ਇਹ ਬੰਦਾ ਮਤਲਬ ਇੱਕ ਹੋਰ ਵੀ ਹੈ, ਉਹਨੂੰ ਬਲੈਕਮੇਲ ਕਰ ਰਿਹਾ। ਔਰ ਜੇ ਸਰਕਾਰੀ ਮੁਲਾਜ਼ਮ ਹੈ, ਦੇਖੋ 7 PC ਐਕਟ ਦੀ ਅਸੀਂ ਕਾਰਵਾਈ ਕਰਦੇ ਹਾਂ। ਜੇ ਕੋਈ ਪ੍ਰਾਈਵੇਟ ਵਿਅਕਤੀ ਹੈ ਮਤਲਬ ਕਿਸੇ ਕੰਮ 'ਚ ਇਹੋ ਜਿਹਾ ਕੋਈ ਕੰਮ ਕਰਦਾ, ਉਹਨੂੰ 7A ਦੇ ਅਧੀਨ ਅਸੀਂ ਟ੍ਰੀਟ ਕਰਦੇ ਹਾਂ ਜੀ। ਇਹਦੇ ਵਿੱਚ ਇਹਦੇ 7A ਜੀ, ਪ੍ਰਵੈਂਸ਼ਨ ਆਫ ਕਰਪਸ਼ਨ ਐਕਟ ਪਲੱਸ 308 FN2 BNS ਜੀ 2023। ਅਸਲੀ ਦਾ ਜੀ ਰਿਮਾਂਡ ਲਵਾਂਗੇ ਜੀ। ਰਿਮਾਂਡ ਲੈ ਕੇ ਇਹਦੇ ਕਿਤੋਂ ਜੀ ਜੋ ਵੀ ਹੋਰ ਇਹਦੇ ਕੋਈ ਕਾਰਵਾਈ ਇਹੋ ਜਿਹੀ ਕੀਤੀ ਹੈ ਕਿਤੇ ਤਫਤੀਸ਼ 'ਚ ਲਿਆ ਕੇ ਪੁੱਛ ਕੇ ਜੁਰਮ 'ਚ ਵਾਧਾ ਕਰਾਂਗੇ ਕੋਈ ਬਣਦਾ ਹੋਇਆ ਜੀ। ਇਹਨੇ ਜੀ ਇਹ ਸ਼ਿਕਾਇਤ ਅਪ੍ਰੈਲ 'ਚ ਕਰੀ ਸੀ। ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਗੱਜੂ ਰਾਮ ਰਾਹੀਂ ਫੋਨ ਕਰਕੇ ਇਹਨੂੰ ਇਹਦੇ ਨਾਲ ਟਾਈ ਅਪ ਹੋਣ ਦੀ ਟਰਾਈ ਕਰਦਾ ਸੀ। ਇਹਨੂੰ ਇੱਕ ਦਿਨ ਬਾਬਾ ਕਾਲਾ ਮਹਿਰ ਸਟੇਡੀਅਮ ਵੀ ਬੁਲਾਇਆ, ਉੱਥੇ ਇਹਨੇ ਦੋਨਾਂ ਨੇ ਗੱਜੂ ਰਾਮ ਨੇ ਅਤੇ ਪ੍ਰਵੀਨ ਨੇ ਉੱਥੇ ਟੋਟਲ ਆਪਣੀ ਬਣਾ ਕੇ ਪਵਾਇਆ, ਇਹ ਤੋਂ ਪੈਸੇ ਦੀ ਮੰਗ ਕੀਤੀ। ਉਸ ਤੋਂ ਬਾਅਦ ਅੱਜ ਇਹ ਕੋਰਟ ਦੇ ਵਿੱਚ ਉਹਤੋਂ ਮਤਲਬ ਪੈਸੇ ਰਿਸੀਵ ਕਰ ਰਿਹਾ ਸੀ ਜੀ। ਡਿਮਾਂਡ ਕਿੰਨੇ ਦੀ ਹੋਈ ਸੀ, ਕਿੰਨੇ ਦੀ ਆ ਕੇ ਡੀਲ ਖਤਮ ਹੋਈ? ਇਹ ਪਹਿਲਾਂ ਤਾਂ 5 ਲੱਖ ਦੀ ਸੀ ਡਿਮਾਂਡ, ਉਸ ਤੋਂ ਬਾਅਦ 2.5 ਲੱਖ 'ਤੇ ਆ ਗਿਆ। 2.5 ਲੱਖ ਤੋਂ ਇਹ 1.5 ਲੱਖ ਰੁਪਏ ਬਣੇ ਇਹ ਬੰਦੇ ਤੋਂ ਪਿਆਦੇ ਤੋਂ, ਔਰ 1.5 ਲੱਖ ਰੁਪਏ ਰਿਸੀਵ ਕਰਦਾ ਪਰ ਐਡ ਹੰਡਰਡ ਇਨਵੈਸਟ ਕਰ ਲਏ ਜੀ। ਨਹੀਂ, ਤਫਤੀਸ਼ ਕਰ ਰਹੇ ਹਾਂ ਜੀ ਅਜੇ ਅਸੀਂ, ਉਹ ਜੀ ਤਫਤੀਸ਼ ਕਰ ਰਹੇ ਹਾਂ, ਜੋ ਹੋ ਉਹਨੂੰ ਲਿਆਵਾਂਗੇ ਅਸੀਂ, ਜੁਰਮ 'ਚ ਵਾਧਾ ਕਰਾਂਗੇ ਜੋ ਵੀ ਬਣਦਾ ਹੋਇਆ। ਪ੍ਰਵੀਨ ਹੋਰਾਂ ਨੇ ਵੀ ਕੋਈ ਸ਼ਿਕਾਇਤ ਕਰੀ ਸੀ? ਪ੍ਰਵੀਨ ਨੇ ਕੀਤੀ ਸੀ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਜੀ, ਪਿਆਦੇ ਦੇ ਖਿਲਾਫ਼। ਠੀਕ ਹੈ ਜੀ, ਵੀ ਮੈਨੂੰ ਜੀ ਸੰਮਨ ਨੋਟ ਕਰਾਉਣ ਬਦਲੇ 2000 ਰੁਪਏ ਮੈਥੋਂ ਮੰਗਦਾ, ਬਟ ਉਹਨੇ ਔਫਰ ਕੀਤੀ ਸੀ ਉਹਦੇ ਵਿੱਚ, ਆਪਣੇ ਵੱਲੋਂ ਔਫਰ ਕੀਤੀ ਸੀ ਵੀ ਤੂੰ ਜੋ ਲੈਣਾ ਚਾਹੁੰਦਾ ਮੈਥੋਂ ਲੈ ਯਾਰ, ਮੰਗ ਮੈਥੋਂ, ਬੇਫਿਰ ਹੋ ਕੇ ਮੰਗ, ਮੈਂ ਤੇਰੀ ਰਿਕਾਰਡਿੰਗ ਨਹੀਂ ਕਰਦਾ। ਬਟ ਉਹਨੇ ਬਈ ਮੈਨੂੰ ਦੀ ਰਿਕਾਰਡਿੰਗ ਕਰਕੇ ਉਹ ਐਂਟੀ ਕਰਪਸ਼ਨ ਐਕਸ਼ਨ ਲਾਈਨ 'ਤੇ ਪਾ ਦਿੱਤੀ ਜੀ। ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸਟਾਰਟ ਕਰਤਾ ਉਹਨੇ। ਇਹ ਹੋਈ ਸੀ ਜੀ 152 ਅਪ੍ਰੈਲ ਦੇ ਵਿੱਚ ਹੋਈ ਸੀ ਜੀ।
ਕਿਹਦੇ ਬਿਆਨਾਂ 'ਤੇ ਪਰਚਾ ਹੋਇਆ ਜੀ? ਹੁਣੇ ਮੇਰੇ ਵੱਲੋਂ ਹੋਇਆ ਜੀ, ਅਤੇ ਪਿਆਦੇ ਨੇ ਆਪਣੀ ਸਟੇਟਮੈਂਟ ਰਜਿਸਟਰ ਕਰਾਈ ਆ ਸਾਡੇ ਕੋਲ, ਸ਼ਿਕਾਇਤ ਦਿੱਤੀ ਹੈ, ਉਸ ਤੋਂ ਬਾਅਦ ਅਸੀਂ ਕੇਸ ਰਜਿਸਟਰ ਕਰ ਲਿਆ ਜੀ ਮਹਿੰਦਰ ਸਿੰਘ ਪਿਆਦੇ ਦੇ ਸਟੇਟਮੈਂਟ। ਹਾਂਜੀ, ਸਮਲਿੰਗ 'ਤੇ ਸ਼੍ਰੀ ਗੁਰਵੀਰ ਸਿੰਘ ਹੈਗੇ ਨੇ, ਆਪਣੇ ਸੀਨੀਅਰ ਡਿਵੀਜ਼ਨ ਦੇ ਜੱਜ ਸਾਹਿਬ ਨੇ, ਸਿਵਲ ਜੱਜ, ਉਹਨਾਂ ਦੀ ਕੋਰਟ ਦੇ ਵਿੱਚ ਇਹ ਬਤੌਰ ਪਿਆਦਾ ਤੈਨਾਤ ਹੈ ਜੀ। ਇਹਦੇ ਖਿਲਾਫ਼ ਕੋਈ ਕਿਸੇ ਵਿਅਕਤੀ ਵੱਲੋਂ ਕੋਈ ਮੇਰੇ ਖਿਆਲ ਮਾਨਹਾਨੀ ਦਾ ਕੋਈ ਕੇਸ ਦਰਜ ਕਰਾਇਆ ਗਿਆ ਸੀ ਅਦਾਲਤ ਦੇ ਵਿੱਚ, ਉਹਦੇ ਰਿਲੇਟਡ ਕੋਈ ਸੰਮਣ ਸੀ। ਦੂਜੇ ਪਾਸੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ਿਕਾਇਤਕਰਤਾ ਪਾਸੋਂ 1.5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਉਸਦਾ ਸਾਥੀ ਫਰਾਰ ਹੈ। ਇਸ ਸੰਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਸਦਰ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦੋਹਾਂ ਖਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਰਿਸ਼ਵਤ ਲੈਣ ਵਾਲਾ ਭਾਵੇਂ ਸਰਕਾਰੀ ਮੁਲਾਜ਼ਮ ਹੋਵੇ ਜਾਂ ਪ੍ਰਾਈਵੇਟ, ਦੋਹਾਂ ਖਿਲਾਫ਼ ਕੇਸ ਦਰਜ ਕੀਤਾ ਜਾ ਸਕਦਾ ਹੈ। ਜਗਬਾਣੀ ਟੀਵੀ ਲਈ ਵਿਨੀਤ ਸ਼ਰਮਾ ਦੀ ਰਿਪੋਰਟ।